ਜੋੜ ਕਸਾ ਕੇ ਹੀ ਰਹਿਣਾ ਕੱਲ ਵੀ ਖਬਰ ਦਿੱਤੀ ਸੀ ਅੱਜ ਵੀ ਕਹਿਣਾ ਚਾਹੁੰਦਾ ਕਿਉਂਕਿ ਨਿੱਤ ਨਵੇਂ ਪਿੰਡਾਂ ਚੋਂ ਜੱਥਾ ਜਾਂਦਾ ਪਿੰਡਾਂ ਵਾਲੇ ਵੀਰੋ ਸ਼ਹਿਰਾਂ ਵਾਲੇ ਵੀਰੋ ਤੇ ਮਾਈਓ ਭਾਈਓ ਇੱਕ ਗੱਲ ਚੇਤੇ ਰੱਖਿਓ ਸਬਰ ਬਹੁਤ ਕਰ ਚੁੱਕੇ ਹਾਂ ਮੁਸ਼ਕਿਲ ਹੁਣ ਜਰਨਾ ਜਰਾਂਗੇ ਵੈਸੇ ਸੰਤਾਂ ਨੇ ਕਿਹਾ ਵੀ ਜਰ ਕੇ ਚੱਲਣਾ ਸ਼ਾਂਤੀ ਰੱਖਣੀ ਹੈ ਚੱਲਾਂਗੇ ਥੋੜਾ ਥੋੜਾ ਪਰ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਦਾ ਸ਼ਾਂਤੀ ਰੱਖਿਓ ਤੇ ਤਿਆਰੀ ਵੀ ਰੱਖੋ ਜਿਸ ਦਿਨ ਪਤਾ ਲੱਗ ਜਾਵੇ ਕਿ ਦਰਬਾਰ ਸਾਹਿਬ ਦੀ ਹਦੂਦ ਅੰਦਰ ਪੁਲਿਸ ਨੇ ਟਕਸਾਲ ਨੂੰ ਤੇ ਪੰਥ ਦੇ ਮੁਖੀ ਸੰਤਾ ਬਹਾਦਰ ਚੰਦ ਸਿੰਘ ਜੀ ਲੌਂਗੋਵਾਲ ਨੂੰ ਤੇ ਇਸ ਸਥਾਨ ਦੀ ਬੇਅਦਬੀ ਕਰਨ ਵਾਸਤੇ ਤੇ ਸਾਰਿਆਂ ਨੂੰ ਖਤਮ ਕਰਨ ਵਾਸਤੇ ਹਮਲਾ ਕਰ ਦਿੱਤਾ ਮੈਂ ਦ੍ਰਿੜਤਾ ਸਹਿਤ ਆਪਣੀ ਜ਼ਿੰਮੇਵਾਰੀ ਨਾਲ ਗੱਲ ਕਹਿਣੀ ਚਾਹੁੰਦਾ ਕਿਸੇ ਦੇ ਜ਼ਿੰਮੇ ਲਾ ਕੇ ਨਹੀਂ ਕਿ ਜਿਤਨੇ ਨੌਜਵਾਨ ਤੇ ਬਜ਼ੁਰਗ ਜੋ ਕੁਝ ਕਰ ਸਕਦੇ ਹੋ ਜਿਹੜੇ ਸਿੱਖ ਵੱਖਰੀ ਕੌਮ ਦੀ ਵਿਰੋਧਤਾ ਵਿੱਚ ਲੱਗੇ ਹੋਏ ਹਨ ਸਿੱਖੀ ਸਰੂਪ ਨੂੰ ਭੈੜੀ ਨਿਗਾਹ ਨਾਲ ਤੱਕ ਕੇ ਤੇ ਫਿਰਕਾ ਪ੍ਰਸਤੀ ਫੈਲਾਉਣ ਵਿੱਚ ਲੱਗੇ ਹੋਏ ਹਨ ਜਿਹੜੇ ਸਿੱਖਾਂ ਦਾ ਖੂਨ ਪੀਣ ਤੇ ਤੁਲੇ ਹੋਏ ਹਨ ਜਿਸ ਦਿਨ ਇੱਥੇ ਹੱਲਾ ਕਰ ਦੇਣ ਤੁਹਾਨੂੰ ਪੂਰੀ ਤਸੱਲੀ ਹੋ ਜਾਵੇ ਕਿ ਇਹਨਾਂ ਨੇ ਹਮਲਾ ਕੀਤਾ ਉਸ ਦਿਨ ਮੈਂ ਸਮਝਾਂਗਾ ਤੁਹਾਡਾ ਸਤਿਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਤੇ ਦਾਸ ਨਾਲ ਪਿਆਰ ਤਾਂ ਹੋਵੇਗਾ ਜੇ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਚੁਣ ਚੁਣ ਕੇ ਮਾਰੋਗੇ ਤਾਂ ਸਵਾਲ ਆਉਣਾ ਕੋਈ ਐਵੇਂ ਜਾ ਕੇ ਕਹਿ ਦੇਵੇ ਤੇ ਘਬਰਾਹਟ ਵਿੱਚ ਨਹੀਂ ਆਉਣਾ ਜਦੋਂ ਤੁਹਾਨੂੰ ਯਕੀਨ ਹੋ ਜਾਵੇ ਕਿ ਇਹਨਾਂ ਨੇ ਕੰਮ ਕੀਤਾ ਪਰ ਇੱਕ ਤੁਹਾਨੂੰ ਹੋਰ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਮਾਪਤੀ ਵਿੱਚ ਇਹਨਾਂ ਨੇ ਭੁਲੇਖੇ 'ਚ ਪੈ ਜਾਓ ਜੀ ਇੱਥੇ ਚਾਰ ਛਪਾਈ ਜਾਂ 200 ਜਾਂ 1000 ਦਾ ਤਾਂ ਮੈਨੂੰ ਫੜ ਕੇ ਲੈ ਜਾਣਗੇ ਇਹ ਮਨ ਵਿੱਚ ਮੇਰੇ ਵੀ ਬਹੁਤ ਚਿਰ ਦਾ ਭਰਿਆ ਇਹਦੀ ਚਿੰਤਾ ਨਾ ਕਰੋ ਕਰੇ ਤੁਸੀਂ ਇਹਨਾਂ ਨੂੰ ਇੱਕ ਵਾਰ ਆਉਣ ਦਿਓ ਸਹੀ ਕਰਾਂ ਇਸ ਪਾਸ ਨੂੰ ਢੇਰੀਆਂ ਲਾ ਕੇ ਟਰੱਕ ਭਰ ਕੇ ਤੋੜਦਾ ਵੇਖੋ ਇਹਨਾਂ ਦੇ ਕਿਵੇਂ ਹੈ ਇਹ ਨਾ ਖਿਆਲ ਕਰੋ ਜੀ ਆਉਂਦੇ ਮੈਨੂੰ ਚੁੱਕ ਕੇ ਲੈ ਜਾਣਗੇ ਹਾਂ ਮਰੇ ਨੂੰ ਜ਼ਰੂਰ ਲਿਜਾ ਸਕਦਾ ਕੋਈ ਨਾ ਕੋਈ ਕਿਤੇ ਉਹ ਮਿੱਟੀ ਹੋਣੀ ਉਹਦੇ ਨਾਲ ਸੰਬੰਧ ਕੋਈ ਨਹੀਂ ਜਦੋਂ ਤੱਕ ਸਰੀਰ ਵਿੱਚ ਸਵਾਸ ਹੈ ਮੈਂ ਨਿਸ਼ਚੇ ਨਾਲ ਕਹਿਣਾ ਚਾਹੁੰਦਾ ਭਾਵੇਂ 20-30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ ਜੇ ਆਉਂਦੇ ਨੂੰ ਫੜ ਕੇ ਨਹੀਂ ਲਿਜਾ ਸਕਣਗੇ ਗੁਰੂ ਸਾਹਿਬ ਦੀ ਕਿਰਪਾ ਪਰ ਇਹ ਨਾ ਹੋਵੇ ਆ ਹੁਣੇ ਸੱਜਣ ਕੁਝ ਬੋਲਿਆ ਸੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਸਾਰਿਆਂ ਦਾ ਕਈ ਵਾਰੀ ਕਿਹਾ ਜਾਂਦਾ ਸੰਤ ਜੀ ਜੋ ਕਹੋਗੇ ਕਰੋਗੇ ਫੱਟੇ ਚੁੱਕ ਦਿਆਂਗੇ ਮੈਂ ਅੱਗੇ ਵੇਖਦੇ ਚਲਾ ਕੇ ਰੱਖੇ ਕਿੱਥੇ ਇੰਨੇ ਜਣੇ ਤੂੰ ਚੁੱਕ ਕੇ ਲਿਆਉਣੇ ਆ ਉਹ ਕਿੱਥੋਂ ਲਿਆਉਣੇ ਚੁੱਕ ਕੇ ਤੇ ਗਾਂਹ ਰੱਖਣੇ ਕਿੱਥੇ ਆ ਉਹ ਭੈਣਾਂ ਨੰਗੀਆਂ ਕਰ ਦਿੱਤੀਆਂ ਇਸ਼ਟ ਦੀ ਬਿਆਰਵੀ ਕਰ ਦਿੱਤੀ ਸਰੂਪ ਸਾੜ ਦਿੱਤਾ ਨਿਸ਼ਾਨ ਸਾਹਿਬ ਦਿੱਲੀ ਚ ਵੱਢ ਦਿੱਤਾ ਗੁਰਦੁਆਰਾ ਢਾ ਦਿੱਤਾ ਸਰੂਪ ਚੁੱਕ ਕੇ ਸੜਕ ਤੇ ਸੁੱਟ ਦਿੱਤਾ ਨਿਰਦੋਸ਼ ਸਿੰਘ ਮਾਰ ਦਿੱਤੇ ਭੈਣਾਂ ਨੂੰ ਨੰਗੀਆਂ ਕਰਕੇ ਦੌ ਕੇ ਪਿੰਡ 'ਚ ਤੋਰਿਆ ਗਿਆ ਕੱਲ ਖੁਰਦ ਥਾਣੇ ਦੇ ਵਿੱਚ ਉੱਥੇ ਬੀਬੀ ਨੂੰ ਨੰਗਾ ਕਰਕੇ ਪਿਤਾ ਨੂੰ ਪਰਪਾਇਆ ਗਿਆ ਮਰਤਾਰੀ ਸਿੰਘ ਦੇ ਮੂੰਹ ਚ ਤੰਬਾਕੂ ਫੁੱਕਿਆ ਗਿਆ ਨੌਜਵਾਨ ਵਿਦਿਆਰਥੀਆਂ ਨੂੰ ਨਜ਼ਰਬੰਦ ਕੀਤਾ ਗਿਆ ਪੱਟ ਚੀਰ ਕੇ ਲੂਣ ਭਰਿਆ ਗਿਆ ਤੇ ਉਹ ਫੱਟੇ ਚੁੱਕਣੇ ਕਦੋਂ ਹੈ ਤੇ ਸਾਨੂੰ ਆਣ ਕੇ ਕਹਿ ਦਿੰਦੇ ਆ ਇੱਕ ਰਾਤ ਪ੍ਰੇਮੀ ਆ ਗਿਆ ਬਾਬਾ ਜੀ ਫਲਾਣੇ ਤਾਂ ਸਰੂਪ ਨੂੰ ਅੱਗ ਲਾ ਦਿੱਤੀ ਮੈਂ ਤੂੰ ਕਿੱਥੇ ਸੀ ਆਹਦਾ ਜੀ ਮੈਂ ਕੋਲ ਹੀ ਹਾਂ ਤੇ ਮੈਂ ਕਿਹਾ ਹੁਣ ਜੇ ਤੈਨੂੰ ਲਾ ਦਈਏ ਫਿਰ ਚੰਗੇ ਨਾ ਰਵਾਂਗੇ ਤੂੰ ਮੈਨੂੰ ਦੱਸਣਾ ਹੈ ਗੁਰੂ ਕਾ ਸਿੱਖ ਰਹੀ ਸੀ ਤੇਰੇ ਗਾਪਰੇ ਕਿਰਪਾਨ ਹੈ ਸਾਨੂੰ ਜੀ ਨੇ ਦੱਸਣਾ ਹੋਣਾ ਦੋ ਗੱਲਾਂ ਕਰਕੇ ਆਇਆ ਕਰੋ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਨਿੰਦਕ ਤੇ ਧੀਆਂ ਭੈਣਾਂ ਦੀ ਇੱਜ਼ਤ ਤੱਕਣ ਵਾਲਾ ਕੋਈ ਵਿਅਕਤੀ ਹੋਵੇ ਉਹਨੂੰ ਮੁਆਫ਼ ਨਹੀਂ ਕਰਨਾ ਬਾਕੀ ਸਬਰ ਰੱਖਣਾ ਅਜੇ ਸਤਿਗੁਰੂ ਗ੍ਰੰਥ ਸਾਹਿਬ ਦੇ ਨਿੰਦਕ ਨੂੰ ਚੰਗੀ ਤਰ੍ਹਾਂ ਸੋਚ ਕੇ ਝਟਕਾ ਕੇ ਗੱਡੀ ਚੜ੍ਹਾ ਕੇ ਆਇਆ ਕਰੋ ਤੇ ਅਸੀਂ ਸਾਂਭਿਆ ਕਰਾਂਗੇ ਮੈਂ ਆਪਣੇ ਵੱਲੋਂ ਭਾਈ ਕਰਤਾਰ ਸਿੰਘ ਜੀ ਤੇ ਭਾਈ ਮਹਿੰਦਰ ਸਿੰਘ ਜੀ ਗੁਰਮੁਖ ਪਿਆਰੇ ਬਾਕੀ ਉਹ ਨਜ਼ਾਰੀਆਂ ਜਥੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਕਿ ਪਿਆਰ ਸਹਿਤ ਇਕੱਠੇ ਰਹੋ ਤੇ ਸ਼ਸਤਰਧਾਰੀ ਹੋਵੋ ਨੌਜਵਾਨ ਕੇਸ ਦੌੜਾਂ ਨਾਲ ਕਟਾਇਆ ਕਰੋ ਤੇ ਸ਼ਰਾਬ ਛੱਡ ਦੇਵੋ ਅਮਰ ਛੱਕ ਕੇ ਤਿਆਰ ਪ੍ਰਚਾਰ ਹੋਵੋ ਬੋਲਦਿਆਂ ਕੋਈ ਗਲਤੀ ਹੋ ਗਈ ਤੇ